सुजानपुर से कठुआ में दुकान मजदूरी फैक्ट्री में काम करने वाले लोगों ने टुडे हेडलाइंस चैनल के माध्यम से पंजाब व जम्मू कश्मीर प्रशासन से मांग की है कि उनको रोजाना कठुआ आने जाने के लिए पास जारी किए जाएं, क्योंकि लॉकडाउन के कारण उनका गुजारा बहुत मुश्किल हो गया है। वे लोग इस संबंधी ADC पठानकोट को भी मिल चुके हैं, परंतु अभी तक कोई समाधान नहीं निकला है। इसलिए उनकी अपील है कि कृपया उनको आने जाने के लिए पास जारी किए जाएं। DC साहब जी नमस्कार। अजी असी दुकानदार बंदे हैं और असी दुकान ते डेली अप डाउन करने वाले हैं। जे असी तो अपनी दुकान ते नहीं जाएंगे तो असी गुजारा किस तरह करेंगे? 2.5 महीने तो असी अपने घर बैठे हुए हैं ते असी अपनी रोजी रोटी कमा के अपने बच्चों नूं खिलाएंगे। असी तुहाडे अगे प्रार्थना करते हैं कि साड़ी जिन्नी जल्दी हो सके साड़ी मदद करो, साड़ी पास बन सकता जो भी बन सकता साड़ा मसला हल किया जाए ता कि असी अपने बच्चों नूं रोटी खिला सकीए, अपना गुजारा कर सकीए। ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋਏਗੀ। ਮੈਂ ਜ਼ਿਲ੍ਹਾ ਪਠਾਨਕੋਟ ਤੋਂ, ਤੁਸੀਂ ਦੱਸ ਦਿਓ ਕਿ ਸਾਡੀ ਸਟਾਫੀ ਦੁਕਾਨ ਹੈ। ਜ਼ਿਲ੍ਹਾ ਪਠਾਨਕੋਟ ਤੋਂ ਇਹੋ ਹੀ ਅਪੀਲ ਕਰਦਾ ਪਿਆ। ਮੇਰੀ ਦੁਕਾਨ ਕਠੂਆ ਵਿੱਚ ਹੈਗੀ ਹੈ। ਕਠੂਆ ਦੇ ਵਿੱਚ ਸਾਡੀ 2 ਮਹੀਨੇ ਤੋਂ ਦੁਕਾਨਾਂ ਬੰਦ ਰਹੀਆਂ, ਉੱਥੇ ਜਦਕਿ 3 ਦਿਨ ਮਾਰਕੀਟ ਖੁੱਲ੍ਹ ਰਹੀ ਹੈ। ਸਾਡਾ 2 ਮਹੀਨੇ ਬਿਲਕੁਲ ਕਾਰੋਬਾਰ ਬੰਦ ਰਿਹਾ, ਜਿਸ ਕਾਰਨ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੋ ਗਿਆ। ਪ੍ਰਸ਼ਾਸਨ ਅੱਗੇ ਇਹੋ ਹੀ ਮੰਗ ਹੈਗੀ ਹੈ ਕਿ ਸਾਨੂੰ ਅੱਜ ਦੁਕਾਨ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ, ਸਾਨੂੰ ਕਠੂਏ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਰੋਜ਼ ਅਪ ਡਾਊਨ ਸਾਡਾ ਆਰਾਮ ਨਾਲ ਹੋ ਜਾਵੇ, ਕਿਉਂਕਿ ਜੇ ਅਸੀਂ ਕਠੂਏ ਦੇ ਵਿੱਚ ਰਵਾਂਗੇ ਨਾ ਸਾਨੂੰ ਕਿਸੇ ਨੇ ਉੱਥੇ ਰਹਿਣ ਲਈ ਕਮਰਾ ਦੇਣਾ ਕਿਰਾਏ 'ਤੇ, ਨਾ ਸਾਡੀ ਉੱਥੇ ਰੋਟੀ ਪਾਣੀ ਦੀ ਵਿਵਸਥਾ। ਪ੍ਰਸ਼ਾਸਨ ਅੱਗੇ ਉਹੀ ਮੰਗ ਹੈ ਕਿ ਅਸੀਂ ਰੋਜ਼ ਅਪ ਡਾਊਨ ਕਰ ਲਈਏ ਆਪਣੀ ਬਾਈਕ 'ਤੇ, ਸਾਨੂੰ ਉਸ ਲਈ ਸਾਨੂੰ ਪਾਸ ਦਿੱਤਾ ਜਾਵੇ। ਸਾਹਿਬ ਜੀ ਕਠੂਏ ਕੰਮ ਕਰ ਰਹੇ ਜੀ ਫੈਕਟਰੀ 'ਚ ਅਤੇ ਸਾਨੂੰ 2 ਮਹੀਨੇ ਹੋ ਗਿਆ ਘਰ ਬੈਠੇ ਹਾਂ ਅਤੇ ਹੁਣ ਤਾਂ ਇਹ ਨੌਬਤ ਆ ਗਈ ਹੈ ਕਿ ਸਾਡੀ ਨੌਕਰੀ ਦੇ ਵੀ ਜਾਣ ਦੇ ਸਾਰ ਖਤਰਾ ਬਣ ਗਿਆ, ਪੈਦਾ ਹੋ ਗਿਆ। ਅਤੇ ਸਾਡੀ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਇਹ ਪ੍ਰਾਰਥਨਾ ਕਿ ਸਾਨੂੰ ਉੱਥੇ ਆਉਣ ਜਾਣ ਦਾ ਸਾਨੂੰ ਅਪ ਡਾਊਨ ਦਾ ਡੇਲੀ ਅਪ ਡਾਊਨ ਦਾ ਪਾਸ ਦਿੱਤਾ ਜਾਵੇ ਤਾਂ ਕਿ ਅਸੀਂ ਆਪਣਾ ਰੂਟੀਨ ਨਾਲ ਕੰਮ ਕਰ ਸਕੀਏ। ਇਹ ਹੀ ਪ੍ਰਸ਼ਾਸਨ ਅੱਗੇ ਮੰਗ ਹੈ ਜੀ, ਹੱਥ ਜੋੜ ਕੇ ਪ੍ਰਾਰਥਨਾ ਜੀ। ਮੈਂ ਦੀਪਕ ਸ਼ਰਮਾ ਜਿਹੜਾ ਕਿ ਸੁਜਾਨਪੁਰ ਦਾ ਵਸਨੀਕ ਹਾਂ ਅਤੇ ਸਾਨੂੰ ਮੈਨੂੰ ਘੱਟੋ ਘੱਟ 12-13 ਸਾਲ ਹੋ ਗਏ ਫੈਕਟਰੀ ਦੇ ਵਿੱਚ ਕੰਮ ਕਰਦੇ, ਕਠੂਆ ਫੈਕਟਰੀ ਦੇ ਵਿੱਚ ਕੰਮ ਕਰਦੇ। ਅਤੇ ਅੱਜ ਜਿਹੜਾ ਕਿ ਸਾਰੇ ਦੇਸ਼ 'ਤੇ ਜਿਹੜਾ ਸੰਕਟ ਆਇਆ ਪਿਆ ਉਹ ਸਾਰਿਆਂ ਨੂੰ ਪਤਾ ਹੀ, ਲਾਕਡਾਊਨ ਦਾ ਸੰਕਟ ਆਇਆ ਪਿਆ, ਜਿਹੜੀ ਇਸ ਕਰੋਨਾ ਜਿਹੜੀ ਬਿਮਾਰੀ ਨਿਕਲੀ ਹੈ ਸਾਰਿਆਂ ਨੂੰ ਪਤਾ, ਉਹਨੂੰ ਕਿਸੇ ਨੂੰ ਦੱਸਣ ਦੀ ਲੋੜ ਤਾਂ ਹੈਗੀ ਨਹੀਂ ਹੈ। ਬੱਚੇ ਨੂੰ ਪਤਾ ਲੱਗ ਗਿਆ ਸਾਨੂੰ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਸਾਨੂੰ ਹੁਣ ਅਸੀਂ ਚਾਹ ਰਹੇ ਹਾਂ ਕਿ ਦੇਖੋ 2 ਮਹੀਨੇ ਸਾਨੂੰ ਘਰ ਹੋਏ ਬੈਠੇ ਹੋਏ ਹੋ ਗਏ ਨਾ, ਕੋਈ ਵੀ ਬੰਦਾ ਜਿਹੜਾ ਕਿ 2 ਮਹੀਨੇ ਜਿਹੜੇ ਬਿਨਾਂ ਬਿੱਲੇ ਬੈਠਿਆਂ ਨੂੰ ਕੌਣ ਤਨਖਾਹ ਦੇਵੇਗਾ? ਸਾਡੀ ਫੈਕਟਰੀਆਂ ਸਾਨੂੰ ਅੱਜ ਇਹ ਹਾਲਤ ਬਣ ਗਈ, ਸਾਨੂੰ ਬਾਹਰ ਕੱਢਣ ਦੀ ਨੌਬਤ ਆ ਗਈ। ਅਤੇ ਅਸੀਂ ਸਰਕਾਰ ਪ੍ਰਸ਼ਾਸਨ ਅੱਗੇ ਇਹੀ ਅਪੀਲ ਕਰ ਰਹੇ ਹਾਂ ਕਿ ਸਾਨੂੰ ਨਾ ਹੱਥ ਜੋੜ ਕੇ ਸਾਡੀ ਬੇਨਤੀ ਕਿ ਸਾਡੇ ਰੁਜ਼ਗਾਰਾਂ ਨੂੰ ਬਚਾਇਆ ਜਾਵੇ। ਜੇ ਰੋਜ਼ਗਾਰ ਕੱਲ੍ਹ ਨੂੰ ਸਾਡੀ ਫੈਕਟਰੀਆਂ ਦੇ ਸਾਨੂੰ ਕੱਢ ਦਿੰਦੇ ਤਾਂ ਸਾਨੂੰ ਅੱਗੇ ਤੋਂ ਨੌਕਰੀਆਂ ਕਿੱਥੋਂ ਮਿਲਣਗੀਆਂ? ਅਸੀਂ ਅੱਗੇ ਪ੍ਰਾਈਵੇਟ, ਹੁਣ ਸਾਡੀ ਉਮਰਾਂ ਸਾਡੀਆਂ ਹੋ ਗਈਆਂ, 45-50 ਸਾਲ ਦੀ ਉਮਰਾਂ ਦੇ ਸਾਡੀ ਹੋ ਗਈਆਂ, ਸਾਨੂੰ ਨੌਕਰੀ ਇਸ ਟਾਈਮ 'ਤੇ ਪ੍ਰਾਈਵੇਟ ਨੌਕਰੀ ਕੌਣ ਦੇਵੇਗਾ? ਅਸੀਂ ਕਿੱਥੇ ਜਾਵਾਂਗੇ? ਅਤੇ ਜਿਹੜੇ ਸਾਡੇ ਪਿੱਛੇ ਤੁਸੀਂ ਦੇਖਣ ਦੀ ਡੇ ਉਹ ਸਾਡੇ ਜਿੰਨੇ ਮਜ਼ਦੂਰ ਭਰਾ ਬੈਠੇ ਪਏ, ਕਿੰਨੇ ਮਜ਼ਦੂਰ ਨੇ, ਕਈ ਦੁਕਾਨਦਾਰ ਨੇ ਵਿੱਚ ਬੈਠੇ ਪਏ, ਸਾਰਿਆਂ ਨੂੰ ਕਿਸੇ ਨੂੰ ਵੀ ਸਾਰਿਆਂ ਨੂੰ ਇਹੀ ਨੌਬਤ ਆਈ ਪਈ ਹੈ। ਮੈਂ ਨਹੀਂ ਕਿ ਅਸੀਂ ਮੈਂ ਇਕੱਲਾ ਹੀ ਬੋਲ ਰਿਹਾ, ਕੱਲ੍ਹ ਸਾਡੀ ਮੇਰੀ ਆਵਾਜ਼ ਨਹੀਂ, ਤੁਸੀਂ ਸਾਰੀ ਇਹ ਸਾਰੇ ਸਮਾਜ ਦੀ ਆਵਾਜ਼ ਲਾ ਕੇ ਦਿਲੋ ਅਤੇ ਸਾਰੇ ਸਮਾਜ ਦੀ ਇਹ ਗੱਲਬਾਤ ਹੈ। ਦੂਸਰਾ ਅਸੀਂ ਗੱਲ ਮੈਂ ਹੋਰ ਕਹਿਣਾ ਚਾਹ ਰਿਹਾ ਕਿ ਜਿਹੜੇ ਸਾਡੇ ਹੁਣ ਤੱਕ ਰੂਟੀਨ ਦੇ ਵਿੱਚ ਨਿਕਲ ਕੇ ਆਉਂਦੇ, ਜੇ ਐਨ ਕੇ 'ਚੋਂ ਨਿਕਲ ਕੇ ਆਉਂਦੇ ਪਏ ਨੇ, ਜਾਂ ਲੋਕਲ ਟੈਕਸੀਆਂ ਚੱਲ ਰਹੀਆਂ, ਲੋਕਲ ਗੱਡੀਆਂ ਚੱਲਦੀਆਂ ਪਈਆਂ, ਉਹ ਵੀ ਟਰੱਕਾਂ ਵਿੱਚ 2-2, 3-3, 4-4 ਬੰਦੇ ਨਿਕਲਦੇ ਪਏ ਨੇ, ਕੋਈ ਕੁਛ ਨਿਕਲਦਾ ਪਿਆ, ਅਤੇ ਅਸੀਂ ਚਾਹੁੰਦੇ ਕਿ ਉਹ ਬੰਦੇ ਰੂਟੀਨ 'ਚ ਅਪ ਡਾਊਨ ਕਰਦੇ ਪਏ ਨੇ, ਅਤੇ ਕਿਆ ਅਸੀਂ ਅਪ ਡਾਊਨ ਨਹੀਂ ਕਰ ਸਕਦੇ? ਅਸੀਂ ਆਪਣੀ ਰੋਜ਼ੀ ਰੋਟੀ ਕਮਾਉਣ ਵਾਸਤੇ ਜਾਣਾ, ਅਸੀਂ ਕਿਸੇ ਨੂੰ ਉਹ ਨਹੀਂ ਕਰਨਾ ਜਾ ਰਹੇ, ਅਸੀਂ ਰੋਜ਼ੀ ਰੋਟੀ ਕਮਾਉਣ ਵਾਸਤੇ ਜਾਣਾ, ਘਰੋਂ ਆਪਣੇ ਬੱਚੇ ਛੱਡ ਕੇ ਜਾਣਾ, ਬੱਚਿਆਂ ਨੂੰ ਅੱਗੇ ਮਿਲਣਾ। ਬਾਕੀ ਦੂਜੀ ਗੱਲ ਕਿਹੜੀ, ਸਾਡੇ ਕੋਲ ਰਹਿਣ ਦੀ ਫੈਸਿਲਿਟੀ ਨਹੀਂ ਹੈ, ਜਾਂ ਸਾਨੂੰ ਸਰਕਾਰ ਫਿਰ ਸਾਨੂੰ ਜਾ ਕੇ ਕੁਆਰੰਟਾਈਨ ਕਰ ਦੇਣਗੇ, ਕੁਆਰੰਟਾਈਨ ਕਰਨ ਦੇ ਬਾਅਦ ਸਾਨੂੰ ਰਹਿਣ ਦਾ ਸਾਨੂੰ ਰੱਖਣਾ ਕਿੰਨਾ ਉੱਥੇ? ਸਾਨੂੰ ਰੱਖਣਾ ਸਾਡੇ ਕੋਲ ਤਾਂ ਲੋਕ ਆਉਂ ਦੂਰੋਂ, ਜਿਹੜੇ ਸਾਨੂੰ ਇੱਥੋਂ ਇੱਥੋਂ ਕਿਸੇ ਨੂੰ ਮਿਲਣ ਜਾਂਦੇ ਹਾਂ, ਕਿਸੇ ਦੇ ਘਰ ਜਾਂਦੇ ਹਾਂ, ਆਪਣੇ ਰਿਸ਼ਤੇਦਾਰਾਂ ਦੇ ਘਰ ਜਾਂਦੇ ਹਾਂ, ਤਾਂ ਉਹ ਸਾਨੂੰ ਲਾਗੇ ਨਹੀਂ ਬਿਠਾਉਂਦੇ, ਅਤੇ ਸਾਨੂੰ ਜਿਹੜੇ ਉੱਥੋਂ ਦੇ ਲੋਕ ਸਾਨੂੰ ਆਪਣੇ ਕੋਲ ਬਿਠਾਉਣਗੇ, ਸਾਨੂੰ ਕਮਰੇ ਦੇਣਗੇ ਰਹਿਣ ਵਾਸਤੇ? ਉਹ ਸਰਕਾਰ ਸਾਡੀ ਜ਼ਿੰਮੇਵਾਰੀ ਚੁੱਕਦੀ ਹੈ, ਜੇ ਸਾਡੀ ਸਰਕਾਰ ਜ਼ਿੰਮੇਵਾਰੀ ਨਹੀਂ ਚੁੱਕਦੀ ਤਾਂ ਮੈਂ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਕਿ ਸਾਨੂੰ ਜਿਹੜਾ ਉਹ ਆਉਣ ਜਾਣ ਦਾ ਸਾਨੂੰ ਪਾਸ ਜਿਹੜਾ ਲਾਡ ਕੀਤਾ ਜਾਵੇ। ਅੱਜ ਸਾਨੂੰ ਹੋਰ ਕੁਛ ਨਹੀਂ ਮੰਗਦੇ ਅਸੀਂ ਅਸੀਂ ਮੈਂ ਇਹ ਸਾਡੇ ਜਿਹੜੇ ਪ੍ਰਧਾਨ ਸਾਹਿਬ ਨੇ ਬਿੱਟੂ ਭਾਅ ਜੀ ਸਾਡੇ ਕੋਲ ਆਏ ਪਏ ਨੇ, ਇਹਨਾਂ ਨੇ ਅਸੀਂ ਇਹਨਾਂ ਅੱਗੇ ਮੰਗ ਰੱਖੀ ਸੀ ਜਾ ਕੇ, ਇਹਨਾਂ ਪ੍ਰਸ਼ਾਸਨ ਨੂੰ ਮੰਗ ਵੀ ਕੀਤੀ ਹੈ। ਮੈਂ ਚਾਹੁੰਦਾ ਕਿ ਤੁਸੀਂ ਪ੍ਰਧਾਨ ਸਾਹਿਬ ਨਾਲ ਥੋੜ੍ਹੀ ਗੱਲ ਕਰੋ, ਪ੍ਰਧਾਨ ਸਾਹਿਬ ਤੁਹਾਨੂੰ ਇਸ ਬਾਰੇ ਥੋੜ੍ਹਾ ਤਾਂ ਹੋਰ ਉਜਾਗਰ ਕਰਨਗੇ। ਆਕਲੈਂਡ ਪਬਲਿਕ ਸਕੂਲ ਤ੍ਰਹਿਟੀ ਸ਼ਾਹਪੁਰਕੰਡੀ ਜੁਗਿਆਲ ਪਠਾਨਕੋਟ ਪ੍ਰਾਊਡਲੀ ਅਨਾਊਂਸਿਸ ਓਪਨਿੰਗ ਆਫ ਐਡਮਿਸ਼ਨ ਫਰੋਮ ਨਰਸਰੀ ਟੂ 12th ਕਲਾਸ। School is endowed with lush green and peaceful campus spread over 5 acres of land. We use latest educational technology and believe in providing the best education the child deserves. We have well-equipped labs for science and computer.
also well-equipped library for cultivating reading habit among the learners. Affordable fee structure and scholarships. Conveyance also available. Auckland Public School, Trehti, Shapurkandi, Jugyal, Pathankot. Feel free to call us on 70875-36789. 70875-46789. वो है हमारे केबल हीरोज। कोरोना से फाइट करने के लिए आप सब अपने घरों में हैं और आपका और आपके परिवार का मनोरंजन कर रहा है टीवी इंटरनेट। क्या आप जानते हैं कि आपके घर में टीवी बराबर चलता रहे, आपका पसंदीदा चैनल आप तक लगातार पहुंचता रहे और इंटरनेट में कोई रुकावट ना आए, उसके लिए हजारों केबल ऑपरेटर्स और केबल वर्कर्स 24/7 आपके मनोरंजन के लिए काम कर रहे हैं। सभी केबल कर्मचारियों को सलाम और